ਬੈਗ ਸਾਫ਼ ਕਰਦੇ ਹੋਏ ਨੇ ਨਾਲ ਦੀ ਨੂੰ ਪੁੱਛਿਆ। ਸਾਡੇ ਵੇਲੇ ਮੋਬਾਈਲ ਨਹੀਂ ਸਨ ਹੁੰਦੇ ਤਾਂ ਵੀ ਪਤਾ ਨਹੀਂ ਕਿੱਦਾਂ ਹੋ ਜਾਂਦਾ ਸੀ ਇਹ ਸਾਰਾ ਕੁਝ। ਅੱਗੋਂ ਆਖਣ ਲੱਗੇ, ਤੁਹਾਨੂੰ ਚੇਤਾ ਹੈ ਠੀਕ 5:05 ਤੇ ਪਾਣੀ ਦਾ ਗਲਾਸ ਫੜੀ ਅਜੇ ਬੂਹੇ ਕੋਲ ਪੁੱਜਦੀ ਹੀ ਸਾਂ ਕਿ ਤੁਹਾਡੇ ਸਾਈਕਲ ਦੀ ਘੰਟੀ ਵੱਜ ਉੱਠਦੀ। ਕੁੰਡਾ ਖੋਲਦੀ ਸਾਂ ਤੇ ਅੱਗੇ ਤੁਸੀਂ ਖਲੋਤੇ ਹੁੰਦੇ ਸੋ। ਹਾਂਜੀ ਯਾਦ ਏ, ਪਰ ਨਾ ਟਾਈਮ ਪੀਸ ਤੇ ਨਾ ਕੋਈ ਗੁੱਟ ਘੜੀ। 30 ਸਾਲ ਤੱਕ ਸਮਝ ਹੀ ਨਹੀਂ ਪਈ ਕਿ ਤੂੰ ਪਾਣੀ ਦਾ ਗਲਾਸ ਲਿਆਉਂਦੀ ਸੈਂ, ਤਾਂ ਮੈਂ ਆਇਆ ਕਰਦਾ ਕਿ ਮੇਰੇ ਆਉਣ ਤੇ ਤੂੰ ਗਿਲਾਸ ਭਰਨਾ ਸ਼ੁਰੂ ਕਰਿਆ ਕਰਦੀ। ਅਤੀਤ ਦੇ ਸਮੁੰਦਰ 'ਚ ਗੋਤਾ ਲੱਗਾ ਤੇ ਉਹ ਫਿਰ ਬੋਲ ਉੱਠੀ, ਤੁਹਾਨੂੰ ਯਾਦ ਏ ਰਿਟਾਇਰਮੈਂਟ ਤੋਂ ਪਹਿਲਾਂ ਜਦੋਂ ਤੁਹਾਨੂੰ ਸ਼ੂਗਰ ਵਾਲੀ ਕਸਰ ਨਹੀਂ ਸੀ ਹੁੰਦੀ, ਇੱਕ ਦਿਨ ਦੁਪਹਿਰ ਦੀ ਰੋਟੀ ਤੋਂ ਮਗਰੋਂ ਤਾਜ਼ੇ ਦੁੱਧ ਦੀ ਖੀਰ ਦੇਖ ਕੇ ਤੁਸੀਂ ਆਖਿਆ ਸੀ ਕਿ ਮੈਂ ਤੇ ਅੱਜ ਸਵੇਰ ਦਾ ਹੀ ਸੋਚੀ ਜਾ ਰਿਹਾ ਸਾਂ ਕਿ ਕਿੰਨਾ ਚੰਗਾ ਹੋਵੇ ਜੇ ਕਿਤੇ ਅੱਜ ਰੋਟੀ ਮਗਰੋਂ ਖੀਰ ਮਿਲ ਜਾਵੇ। ਉਹ ਹੱਸ ਪਿਆ ਤੇ ਆਖਣ ਲੱਗਾ, ਦਫ਼ਤਰੋਂ ਨਿਕਲ ਅਕਸਰ ਹੀ ਸਾਈਕਲ ਤੇ ਪੈਡਲ ਮਾਰਦਾ ਹੋਇਆ ਜੋ ਵੀ ਮਨ ਵਿੱਚ ਸੋਚਦਾ ਹੁੰਦਾ, ਘਰੇ ਸਬੱਬ ਨਾਲ ਉਹੀ ਕੁਝ ਬਣਿਆ ਹੁੰਦਾ। ਪਤਾ ਨਹੀਂ ਕਿੱਦਾਂ ਹੋ ਜਾਂਦਾ ਸੀ ਇਹ ਸਭ ਕੁਝ। ਅੱਗੋਂ ਪੱਲੇ ਦੇ ਨੁੱਕਰ ਦੇ ਨਾਲ ਅੱਖਾਂ ਸਾਫ਼ ਕਰਦੀ ਹੋਈ ਬੋਲੀ, ਤੁਹਾਨੂੰ ਪਤਾ ਗੁਰਮੁਖ ਦੇ ਟਾਈਮ ਜਦੋਂ ਪੇਕੇ ਗਈ ਸਾਂ ਤਾਂ ਅੱਧੀ ਰਾਤ ਪੀੜਾਂ ਲੱਗ ਗਈਆਂ ਸੀ। ਮੁੜਕੋ ਮੁੜਕੀ ਹੋਈ ਸੋਚੀ ਜਾਵਾਂ ਕਿ ਜੇ ਕਿਤੇ ਤੁਸੀਂ ਨੇੜੇ ਤੇੜੇ ਹੋਵੋ ਤਾਂ ਕਿੰਨਾ ਚੰਗਾ ਹੋਵੇ। ਪਤਾ ਨਹੀਂ ਫਿਰ ਕੁਦਰਤ ਦੀ ਕਿਹੜੀ ਕਰਾਮਾਤ ਹੋਈ, ਸਵੇਰੇ ਇੱਧਰ ਦਾਈ ਨੇ ਇਹਨੂੰ ਮੇਰੀ ਝੋਲੀ ਪਾਇਆ ਅਤੇ ਉੱਧਰ ਉਸੇ ਵੇਲੇ ਤੁਹਾਡੇ ਸਾਈਕਲ ਦੀ ਘੰਟੀ ਦੀ ਆਵਾਜ਼ ਕੰਨਾਂ 'ਚ ਆਣ ਪਈ ਅਤੇ ਅਗਲੇ ਪਲ ਸਾਹਮਣੇ ਤੁਸੀਂ ਖਲੋਤੇ ਸੋ। ਅੱਖਾਂ ਵਿੱਚ ਅਥਰੂਲੀ, ਸ਼ਾਇਦ ਮੇਰੇ ਵਜੂਦ 'ਤੇ ਵਰਤ ਗਈ ਪੀੜ ਦਾ ਦੁੱਖ ਤੁਹਾਨੂੰ ਵਧੇਰੇ ਸੀ। ਕੁਝ ਯਾਦ ਕਰਦਾ ਉਹ ਅੱਗੋਂ ਬੋਲ ਉੱਠਿਆ, ਹਾਂ ਹਾਂ ਚੇਤੇ ਆ, ਉਸੇ ਦਿਨ ਪਤਾ ਨਹੀਂ ਕਿਉਂ ਦਫ਼ਤਰ ਦੇ ਵਿੱਚ ਜੀ ਜਿਹਾ ਨਾ ਲੱਗੇ, ਸਿੱਧਾ ਸਾਹਿਬ ਦੇ ਕੋਲ ਗਿਆ ਅਤੇ ਛੁੱਟੀ ਮੰਗ ਲਈ ਅਤੇ ਫਿਰ ਸਾਈਕਲ ਸਿੱਧਾ ਤੇਰੇ ਪਿੰਡ ਨੂੰ ਜਾਂਦੇ ਨਹਿਰ ਵਾਲੀ ਰਾਹ 'ਤੇ ਪਾ ਲਿਆ। ਘੰਟੇ ਦੀ ਵਾਟ ਦਾ ਪਤਾ ਹੀ ਨਹੀਂ ਕਿੱਦਾਂ ਅੱਧੇ ਘੰਟੇ ਵਿੱਚ ਹੀ ਮੁੱਕ ਗਈ ਸੀ ਉਸ ਦਿਨ, ਇਹ ਤਾਂ ਰੱਬ ਹੀ ਜਾਣਦਾ। ਅੱਛਾ ਹੋਰ ਇੱਕ ਗੱਲ, ਤੁਹਾਨੂੰ ਪਤਾ ਜਦੋਂ ਤੁਸੀਂ ਭਰੀ ਸਭਾ 'ਚ ਓਹਲੇ ਜਿਹੇ ਨਾਲ ਮੇਰੀਆਂ ਅੱਖਾਂ 'ਚ ਅੱਖਾਂ ਪਾ ਆਪਣੀ ਤਾਜ਼ੀ ਲਿਖੀ ਕਵਿਤਾ ਦੀਆਂ 2 ਲਾਈਨਾਂ ਪੜ੍ਹਦੇ ਸੀ ਅਤੇ ਮੈਂ ਸੰਗਦੀ ਹੋਈ ਆਪਣਾ ਮੂੰਹ ਚੁੰਨੀ 'ਚ ਲਕੋਲਿਆ ਕਰਦੀ ਅਤੇ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿ ਕਵਿਤਾ ਦਰਗਾਹੇ ਪ੍ਰਵਾਨ ਹੋ ਗਈ ਹੈ। ਥੋੜ੍ਹੇ ਵਕਫੇ ਬਾਅਦ ਉਹ ਫਿਰ ਬੋਲੀ, ਤੁਹਾਨੂੰ ਯਾਦ ਹੋਣਾ ਜਦੋਂ ਇੱਕ ਵਾਰ ਤਵੇ ਦੀ ਨੁੱਕਰ ਦੇ ਨਾਲ ਲੱਗ ਗਈ ਮੇਰੀ ਬਾਂਹ ਸੜ ਗਈ ਸੀ ਅਤੇ ਤੁਸੀਂ ਉਸੇ ਵੇਲੇ ਜੇਬ 'ਚ ਬਰਨੌਲ ਕੱਢੀ ਅਤੇ ਆਪਣੇ ਹੱਥਾਂ ਨਾਲ ਮੇਰੀ ਬਾਂਹ ਮਲਦੇ ਹੋਏ ਆਖਣ ਲੱਗੇ, ਇਹ ਲੈ ਬਾਕੀ ਦੀ ਰੱਖ ਲਵੀਂ ਸੰਦੂਕ ਵਿੱਚ। ਹਾਂ ਤੇਰੀ ਬਾਂਹ ਸੜਨ ਤੋਂ ਇੱਕ ਦਿਨ ਪਹਿਲਾਂ ਹੀ ਵੱਡੇ ਬਾਜ਼ਾਰ ਤੁਰੇ ਜਾਂਦੇ ਨੂੰ ਅਚਾਨਕ ਹੀ ਖਿਆਲ ਜਿਹਾ ਆਇਆ ਕਿ ਘਰੇ ਬਰਨੌਲ ਮੁੱਕੀ ਹੋਈ ਏ, ਲੈਂਦਾ ਜਾਵਾਂ ਪਤਾ ਨਹੀਂ ਕਦੋਂ ਲੋੜ ਪੈ ਜਾਵੇ। ਸਬਜ਼ੀ ਅਤੇ ਸੌਦੇ ਵਾਲੇ ਭਰੇ ਝੋਲੇ ਕੱਲੀ ਚੁੱਕੀ ਤੁਰੀ ਜਾਂਦੀ ਦੇ ਮਗਰ ਅਚਾਨਕ ਹੀ ਸਾਈਕਲ ਦੀ ਘੰਟੀ ਕਿਉਂ ਵਜਾ ਦਿਆ ਕਰਦੇ ਸੋ, ਤੁਹਾਨੂੰ ਪਤਾ ਮੇਰਾ ਤੇ ਤਰਾ ਹੀ ਨਿਕਲ ਜਾਇਆ ਕਰਦਾ ਸੀ। ਪਰ ਉਦੋਂ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਝੋਲੇ ਹੈਂਡਲ 'ਤੇ ਟੰਗ ਮੈਨੂੰ ਪਿੱਛੇ ਬਿਠਾ ਲਿਆ ਕਰਦੇ ਅਤੇ ਅਸੀਂ ਮਿੰਟਾਂ ਵਿੱਚ ਹੀ ਘਰੇ ਅੱਪੜ ਜਾਇਆ ਕਰਦੇ। ਮੋਬਾਈਲ 'ਤੇ ਹੁੰਦੇ ਨਹੀਂ ਸਨ, ਫਿਰ ਵੀ ਇੰਨਾ ਸਾਰਾ ਕੁਝ ਪਤਾ ਨਹੀਂ ਕਿੱਦਾਂ ਹੋ ਜਾਇਆ ਕਰਦਾ ਸੀ। ਤੇ ਉਹ ਅੱਗੋਂ ਅੱਖਾਂ ਪੂੰਝਦਾ ਆਖਣ ਲੱਗਾ, ਸੱਚੀ ਪੁੱਛੇ ਸਰਦਾਰਨੀਏ, ਅੱਜ ਕੱਲ੍ਹ ਤੇ ਨਿਆਣਿਆਂ ਸਿਆਣਿਆਂ ਨੂੰ ਘੰਟਿਆਂ ਬੱਧੀ ਫੋਨਾਂ ਸਕਰੀਨਾਂ 'ਤੇ ਨਜ਼ਰਾਂ ਗੱਡੀ ਹੱਸਦੇ ਰੋਂਦੇ ਦੇਖਦਾ ਅਤੇ ਕਾਲਜਾਂ ਮੂੰਹ ਨੂੰ ਆਉਂਦਾ, ਕੋਈ ਗੱਲ ਕਰਕੇ ਰਾਜੀ ਹੀ ਨਹੀਂ ਇੱਕ ਦੂਜੇ ਦੇ ਨਾਲ, ਪਤਾ ਨਹੀਂ ਕਿਹੜੀ ਚੰਦਰੀ ਵਾਹ ਵਗ ਤੁਰੀ ਏ, ਅਜੀਬ ਸਨਾਟਾ ਹੁੰਦਾ ਏ ਹਰੇ ਭਰੇ ਘਰ ਵਿੱਚ। ਅੱਗੋਂ ਮੌਕਾ ਸੰਭਾਲਦੀ ਅਤੇ ਹੱਸਦੀ ਹੋਈ ਆਖਣ ਲੱਗੇ,
छड़ो परां जी इन्हां फजूल दियां गल्लां नूं, खानू दिल हौला कर दिया। पंजां मिंटां दे विच लाचियां ते अदरक वाली चाह बना के लियाई, फिर कट्ठे बह के पीने आ। अगो हैरान होंदा आखण लगा, मैं भी बस आखण ही लगा सां कि लाची अदरक वाली चाह धर लै, पर एक गल तां दस, तैनू किदां पता लगा कि अज मेरा गला खराब है?